ਲੁਧਿਆਣਾ ਦੇ ਫਾਇਰ ਵਿਕਟ ਵਿਭਾਗ ਇਹਨਾਂ ਦਿਨੀ ਫਰਜ਼ੀ ਕਾਲਾਂ ਕਾਰਨ ਕਾਫੀ ਪਰੇਸ਼ਾਨ ਹਨ। ਫਾਇਰ ਵਿਕਟ ਦੇ ਵਿਭਾਗ ਦੇ ਅਧਿਕਾਰੀਆਂ ਨੇ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਦੋਸ਼ੀ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ, ਪਰ ਫਿਰ ਵੀ ਰੋਜ਼ਾਨਾ 5 ਫਰਜ਼ੀ ਕਾਲਾਂ ਆ ਰਹੀਆਂ ਹਨ, ਜਿਸ ਕਾਰਨ ਫਾਇਰ ਵਿਕਟ ਦਾ ਕਾਫੀ ਕੀਮਤੀ ਸਮਾਂ ਬਰਬਾਦ ਹੋ ਰਿਹਾ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਸਰ ਪਹਿਲੇ ਨਾਲ ਤਾਂ ਬਹੁਤ ਘੱਟ ਚੁੱਕਾ, ਪਹਿਲਾਂ ਤਾਂ ਕਈ ਵਾਰ ਬਲੈਂਕ ਕਾਲਾਂ ਵੀ ਆਉਂਦੇ ਰਹਿੰਦੇ, ਕੋਈ ਇੱਕ ਦੋ ਨੰਬਰ ਉਹਨਾਂ ਦੀ ਅਸੀਂ ਪੁਲਿਸ ਕੰਪਲੇਂਟ ਕੀਤੀ ਸੀ, ਉਸ ਤੋਂ ਬਾਅਦ ਬੰਦ। ਅਤੇ ਕਈ ਵਾਰ ਵਿੱਚ ਵਿੱਚ ਹੋ ਜਾਂਦਾ ਹੈ ਕਿ ਫੇਕ ਕਾਲਾਂ, ਮੈਂ ਪਬਲਿਕ ਨੂੰ ਇਹ ਅਪੀਲ ਕਰਦਾ ਕਿਉਂਕਿ ਜੋ ਫਾਇਰ ਬ੍ਰਿਗੇਡ ਹੈ ਇੱਕ ਐਮਰਜੈਂਸੀ ਡਿਪਾਰਟਮੈਂਟ ਆ, ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਇੱਦਾਂ ਦੀ ਬਲੈਂਕ ਕਾਲ ਲਾ ਦਿੱਤੀ ਜਾਏ ਕਿਉਂਕਿ ਸਾਡਾ ਸੈਕਿੰਡ ਸੈਕਿੰਡ ਕੀਮਤੀ ਹੁੰਦਾ ਆ ਲੋਕਾਂ ਲਈ ਵੀ, ਕਿ ਜਿੱਥੇ ਅੱਗ ਲੱਗਦੀ ਹੈ। ਹਾਂ, ਜਿਸ ਨੰਬਰ ਤੋਂ ਫੋਨ ਕੀਤਾ ਜਾਏ ਨਾ ਉਹ ਬੰਦਾ ਥੋੜ੍ਹੀ ਆਪਣੀ ਰਿਸਪੋਂਸੀਬਿਲਟੀ ਨਿਭਾਏ, ਕਿਉਂਕਿ ਉਹ ਹੀ ਨੰਬਰ ਮੇਨ ਹੁੰਦਾ ਕਿ ਜੋ ਸਾਨੂੰ ਇੱਕ ਸਪੋਟ 'ਤੇ ਜਿੱਥੇ ਅੱਗ ਲੱਗੀ ਉੱਥੇ ਪਹੁੰਚਣ ਲਈ ਕੰਮ ਆਉਂਦਾ ਆ, ਅਤੇ ਅਸੀਂ ਸਭ ਤੋਂ ਪਹਿਲਾਂ ਉਸੀ ਨੰਬਰ ਨੂੰ ਡਾਇਲ ਕਰਦੇ। ਕਈ ਵਾਰ ਸਾਡੇ ਨਾਲ ਇਹ ਵੀ ਚੀਜ਼ ਵਾਪਰਦੀ, ਜਿਹੜਾ ਬੰਦਾ ਫੋਨ ਕਰਕੇ ਨੰਬਰ ਲਿਖਾਉਂਦਾ ਨਾ ਉਹ ਅੱਗੇ ਉਹ ਪਿੱਕ ਹੀ ਨਹੀਂ ਕਰਦਾ, ਉਹ ਬੇਸ਼ੱਕ ਅੱਗ ਬੁਝਾਉਣ 'ਚ ਲੱਗਾ ਹੋਵੇ ਜਾਂ ਇੱਧਰ ਉੱਧਰ ਹੋ ਜਾਵੇ, ਉਹਨੂੰ ਅਸੀਂ ਇੱਕ ਕਲੇਮ ਨਹੀਂ ਕਰ ਸਕਦੇ। ਬਟ ਮੇਨ ਜਿਸ ਨੰਬਰ ਤੋਂ ਫੋਨ ਆਉਂਦਾ ਉਹ ਸਭ ਤੋਂ ਮੇਨ ਇੱਕ ਫੋਨ ਹੁੰਦਾ ਕਿ ਸਾਡਾ ਇੱਕ ਜ਼ਰੀਆ ਉਹ ਹੀ ਹੁੰਦਾ ਕਿ ਜਦ ਤੱਕ ਅਸੀਂ ਸਪੋਟ 'ਤੇ ਪਹੁੰਚ ਸਕੀਏ, ਫਿਰ ਮੋਸਟਲੀ ਅਸੀਂ ਉਹਨੂੰ ਹੀ ਫੋਨ ਕਰਨਾ ਜਾ ਕੇ ਨੀਅਰੈਸਟ ਪੁਆਇੰਟ 'ਤੇ ਜਾ ਕੇ ਕਿ ਇੱਥੇ ਅਸੀਂ ਪਹੁੰਚ ਗਏ ਜੇ ਨੇੜੇ ਤੇੜੇ, ਕਿਉਂਕਿ ਕਈ ਗਲੀਆਂ ਇੱਦਾਂ ਦੀਆਂ ਹੁੰਦੀਆਂ ਜਿੱਥੇ ਸਾਡੇ ਤੋਂ ਪਹੁੰਚ ਨਹੀਂ ਪਾਉਂਦੇ ਕਿ ਇੱਦਾਂ ਦਾ ਕੋਈ ਲੋਕੇਸ਼ਨ 'ਤੇ ਪਹੁੰਚਣਾ ਹੋਵੇ, ਤਾਂ ਪਹਿਲੇ ਨਾਲੋਂ ਬਹੁਤ ਘਟਿਆ। ਮੈਂ ਪਬਲਿਕ ਨੂੰ ਇਹ ਅਪੀਲ ਕਰਦਾ ਹੈ ਕਿ ਨਾ ਤਾਂ ਕੋਈ ਇੱਦਾਂ ਦੀ ਫਾਇਰ ਬ੍ਰਿਗੇਡ ਨੂੰ ਗਲਤ ਇਤਲਾਹ ਦਿੱਤੀ ਜਾਵੇ ਕਿਸੇ ਵੱਲੋਂ, ਜੇ ਇੱਦਾਂ ਦੀ ਕੋਈ ਇਤਲਾਹ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਜੋ ਸਾਡੇ ਰੂਲਾਂ ਅਨੁਸਾਰ ਕਾਰਵਾਈ ਹੈ ਪੁਲਿਸ ਦੀ ਸਹਾਇਤਾ ਦੇ ਨਾਲ, ਉਹ ਉਹਨਾਂ 'ਤੇ ਐਕਸ਼ਨ ਲੈ ਕੇ ਸਰਕਾਰ ਦਾ ਟਾਈਮ ਖਰਾਬ ਕਰਨ ਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਊਗੀ। ਸਰ ਦੇਖਿਆ ਸਰ ਇਨਸੈਨਾਡੀ ਕੁੱਲ ਗਿਣਤੀ ਤਾਂ ਅਜੇ ਮੈਂ ਦੱਸ ਨਹੀਂ ਸਕਦਾ, ਬਟ ਜੋ ਗਰਮੀ ਦੇ ਵਿੱਚ ਇੰਸੀਡੈਂਟ ਬਹੁਤ ਹੋ ਰਹੇ, ਤੁਹਾਨੂੰ ਵੀ ਪਤਾ ਕਿ ਡੇਲੀ 2-3-4 ਇੰਸੀਡੈਂਟ ਹੋਈ ਜਾ ਰਹੇ, ਡੰਪ 'ਤੇ ਵੀ ਸਾਡੀਆਂ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ, ਡੰਪ 'ਤੇ ਵੀ ਫਾਇਰ ਕਾਲ ਚੱਲਦੀ ਰਹਿੰਦੀ ਹੈ, ਅਤੇ ਬਾਕੀ ਦਿਨ ਦੀਆਂ 1-2 ਕਾਲਾਂ ਤਾਂ ਨੋਰਮਲੀ ਹੋ ਹੀ ਜਾਂਦੀਆਂ ਨੇ। 2-4 ਦਿਨਾਂ ਤੋਂ ਤਾਂ ਥੋੜ੍ਹੀ ਸ਼ਾਂਤੀ ਹੈ ਕਿ ਕੋਈ ਮੇਜਰ ਕਾਲ ਨਹੀਂ ਹੋਈ ਹੈ ਇਸ ਹਫ਼ਤੇ ਦੇ ਵਿੱਚ, ਤਾਂ ਹਜੇ ਥੋੜ੍ਹੀ ਸ਼ਾਂਤੀ ਹੈ। ਮੇਰਾ ਨਾਮ ਜੀ ਮਨਿੰਦਰ ਸਿੰਘ, ADFO ਲੁਧਿਆਣਾ।